ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਲੈ ਕੇ ਆ ਚੁਕਾ ਤੁਹਾਡੇ ਸਤੇ ਇੱਕ ਹੋਰ ਨਵੀਂ ਵੀਡੀਓ ਕੀ ਹਾਲ ਚਾਲ ਆ ਬਈ ਸਾਰਿਆਂ ਦੇ ਉਮੀਦਾਂ ਦੇ ਵਧੀਆ ਹੋਵਾਂਗੇ ਤੇ ਬਈ ਅੱਜ ਦੀ ਵੀਡੀਓ ਚ ਤੁਹਾਨੂੰ ਘੈਂਟ ਘੈਂਟ ਚੀਜ਼ਾਂ ਦਿਖਾਵਾਂਗੇ ਤੇ ਥੰਬਨੇਲ ਵਗੈਰਾ ਤੁਸੀਂ ਦੇਖ ਹੀ ਲਿਆ ਹੋਣਾ ਤੇ ਬਣੇ ਰੋ ਵੀਡੀਓ ਤੇ ਲਾਸਟ ਤੱਕ ਤੇ ਬਈ ਅੱਜ ਤੁਸੀਂ ਆਖੋਗੇ ਸਿੱਧਾ ਕੰਪੈਨਡ ਤੇ ਇਹ ਕੀ ਚੱਕਰ ਪੈ ਗਿਆ ਵੀ ਲੋਕਾਂ ਨੇ ਤਾਂ ਕਣਕ ਵੀ ਵੱਢ ਲਈ ਤੂੜੀ ਸਾਂਭ ਲਈ ਠੀਕ ਹੈ ਵੀ ਤੂੰ ਅੱਜ ਕੰਪੈਨ ਲਈ ਫਿਰਦਾ ਕੀ ਚੱਕਰ ਪੈ ਗਿਆ ਬਈ ਆਪਣੀ ਇਹ ਖੜੀ ਜਿਹੀ ਖੇਤ ਜਿੱਦਦੇ ਆਪਾਂ ਜਾਂ ਤੂੜੀ ਚੜੀ ਬਣਾਈ ਜਣਾ ਟਾਈਮ ਹੀ ਲੱਗਿਆ ਹੋਣ ਦਾ ਤੇ ਅੱਜ ਆਪਾਂ ਇਹਨੂੰ ਲੈ ਇੱਕ ਕੰਬੈਨ ਲੈ ਕੇ ਚੱਲਦੇ ਆਂ ਨੀ ਤੂੜੀ ਵਾਲੀ ਸੀ ਉਹ ਤੁਸੀਂ ਕੱਲ੍ਹ ਵਾਲੀ ਵੀਡੀਓ ਦੇਖੀ ਹੋਣਾ ਆਪਾਂ ਅੰਦਰ ਲਾਤੀ ਸੀ ਤਾਂ ਇਹਨੂੰ ਵੀ ਬਈ ਅੰਦਰ ਲਾ ਲਈ ਆਪਾਂ ਕਿਉਂਕਿ ਬਾਹਰ ਬਈ ਮਸ਼ੀਨਰੀ ਖਰਾਬ ਹੁੰਦੀ ਹੈ ਠੀਕ ਹੈ ਤੇ ਉਦੋਂ ਆ ਚੱਲਣਾ ਆਪਾਂ ਬਈ ਅਰਜਨ ਲੈਣ ਆਪਣਾ ਠੀਕ ਹੈ ਤੇ ਬੈਠ ਗਏ ਬਈ ਤੇ ਆਪਾਂ ਮਾਰ ਗਏ ਸੈਲਫ ਦੇ ਨੇ ਸਟਾਰਟ ਹੁੰਦੀ ਹੈ ਕਿ ਨਹੀਂ ਹੁੰਦੀ ਅੱਜ ਹੈ ਤੇ ਗੀਅਰ ਚ ਹੀ ਖੜੀ ਹੈ ਵੈਰੀ ਗੁੱਡ ਆ ਦੇਖੋ ਬਈ ਹੋਈਗੀ ਸਟਾਰਟ 98 ਨਾ ਬਈ 98 ਨਾ ਦੇਖੋ ਫਿਰ ਸਿਰਾ ਚੀਜ਼ ਹੈ ਐਂਡ ਲਓ ਯਾਰ ਉਹਨੇ ਕਟਰ ਚੱਕ ਲਓ ਬਾਈ ਓਏ ਭੁੱਲ ਗਏ ਚਲਾਉਣੀ ਭੁੱਲ ਗਏ ਐਨੇ ਦਿਨ ਹੋ ਗਏ ਚਲਾਈ ਨਹੀਂ ਤੇ ਭੁੱਲ ਹੀ ਗਏ ਸੀ ਭੁੱਲ ਹੀ ਗਏ ਸੀ ਹੈ ਤੇ ਚੱਲ ਅ ਵੀ ਚੱਲ ਇਧਰ ਦੀ ਚੱਲ ਗਏ ਕਿ ਉਧਰ ਚੱਲ ਗਏ ਲੋਟ ਆ ਦੋਈ ਬਸ ਹੀ ਲੋਟ ਆ ਯਾਰ ਇਹ ਚ ਮਨ ਲਾਦਾ ਛਾਣਣਾ ੜੂ ਆਪਣਾ ਕਾਨਾ ਆ ਕੀ ਹੋ ਗਿਆ ਐਕਸ ਨਾ ਪੀ ਗਿਆ ਛਾ ਕੋਈ ਯਾਰ ਇਹ ਤਾਂ ਪੁੱਠਾ ਕੰਮ ਹੈ ਸਹੀ ਆ ਬਈ ਸਹੀ ਹੈ ਲੋ ਬਈ ਮੇਟਰ ਚੱਲ ਗਏ ਆਪਾਂ ਹੁਣ ਹੈ ਸਿੱਧੀ ਚੱਲ ਗਏ ਇੱਦੀ ਲੈ ਚੱਲ ਗਏ ਘਰੇ ਥੋੜਾ ਜਿਹਾ ਸ਼ਬਦਾਂ ਚ ਉੱਪਰ-ਨੀਚੇ ਹੋ ਜਾਂਦਾ ਕੰਮ ਕੋਈ ਚੱਕਰ ਵਾਲੀ ਗੱਲੀ ਨਹੀਂ ਭਾਈ ਦੀ ਪੂਈ ਦੀ ਵੇਹੇ ਬਹੁਤ ਆ 65 ਦੀ ਸਪੀਡ ਆ ਭਾਈ ਇੱਥੇ ਬਜੀ ਮੜਾ ਜਿਆ ਇੱਥੇ ਪੌੜ ਪੀੜਾ ਇੱਥੇ ਆਪਾਂ ਨੂੰ ਕੈਮਰਾ ਦੂਜਾ ਕਰਨਾ ਪੈਣਾ ਲਓ ਬਈ ਮਿੱਤਰੋ ਦੇਖੋ ਤੇ ਟਾਈਮ ਵੀ ਕਾਫੀ ਹੈ ਸ਼ਾਮ ਦਾ ਟਾਈਮ ਹੋਇਆ ਪਿਆ ਮੇਰੇ ਸਾਹ ਨਾਲ ਆਪਾਂ ਡੈਕਟਰ ਲਿਆਉਂਦੇ ਨਹੀਂ ਰਹੇ ਹੋ ਜੂ ਉਹਦੇ ਛੱਡਣ ਲੱਗਿਆ ਨੇਰਾ ਹੋ ਗਿਆ ਸੀਗਾ ਅੱਜ ਲੈਣ ਗਿਆ ਨੇਰਾ ਹੋ ਜੂ ਬਈ ਚੱਲ ਬਈ ਚੱਲ ਓਕੇ ਰਿਪੋਰਟ ਹੈ ਗियर ਛੋਟਾ ਕਰ ਲਾ ਬਾਈ ਗियर ਛੋਟਾ ਕਰ ਲਾ ਡਰਾਈਵਰ ਆ ਕਯੂਟੀ ਦੇ ਡਰਾਈਵਰ ਹੈ ਨਾ ਫਿਰ ਕੋਈ ਜਾਣਾ ਚੱਕਰ ਲੈ ਬਈ ਆਪਸਾ ਕਟਰ ਫਸਾਦਾ ਕਟਰ ਇੱਥੇ ਬਹੁਤ ਯਾਰ ਬੇ ਹੋਇਆ ਬਈ ਡਰਾਈਵਰ ਨਾਲ ਦੇਖੀ ਹੋਣੀਆਂ ਤੁਸੀਂ ਪਿਛਲੀ ਵੀਡੀਓ ਤੇ ਨਹੀਂ ਦੇਖੀਆਂ ਬਈ ਫਿਰ ਕੁਝ ਨਹੀਂ ਕਰ ਸਕਦੇ ਆਪਾਂ ਆਵਗੀ ਦਵਗੀ 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 ਨਹੀਂ ਦਵਦੀ ਨਹੀਂ ਦਵਦੀ ਲੋ ਜੀ ਕਹਿੰਦੇ ਉੱਪਰ ਉਹ ਥੋੜੀ ਨੂੰ ਸਾੜੀ ਰੱਖਤਾ ਸੀ ਲੈ ਵੀ ਲੈ ਹੁਣ ਚੱਲ ਗਏ ਦਵਾ ਦਾ ਪਾਪਾ ਤੇ ਘਰੇ ਜਾ ਕੇ ਕੋਈ ਪ੍ਰਬੰਧ ਵੀ ਕਰਨਾ ਆਪਣਾ ਉੱਥੇ ਪਹੁੰਚਣ ਆਲਾ ਹਨਾ ਦੇਖਦੇ ਆ ਇੱਕ ਕਰਿਆ ਆਪਾਂ ਗੱਡੀ ਗੁੱਡੀ ਲਈਏ ਬਈ ਆਉਣਾ ਜਾਣਾ ਨਾ ਔਖਾ ਜਾਂਦਾ ਹੁਣ ਜਿਵੇਂ ਆਪਾਂ ਜਾਣਾ ਉੱਥੇ ਔਖਾ ਹੈ ਕੰਮ ਲੋ ਜੀ ਖੜਕਦੇ ਚੜਾਤੀ ਹੈ ਗਲੇ ਸਾਹਮਣੇ ਆਪਣਾ ਘਰ ਆ ਚੁੱਕਿਆ ਉਹ ਦੇਖੀ ਖੰਬੇ ਬਚ ਗਈ ਥੋੜੀ ਜਿਹੀ ਟੱਚ ਹੋ ਗਈ ਖੰਬੇ ਚ ਬਈ ਥੋੜੀ ਜਿਹੀ ਟੱਚ ਹੋ ਗਈ ਇੱਥੇ ਗਾ ਯਾਰ ਇੱਥੇ ਵੱਧਦੇ ਹੰਦਿਆ ਉਹਦਾ ਅੱਗੇ ਸਾਰਾ ਕੁਝ ਦਿਸੀ ਜਾਂਦਾ ਨੋ ਬਈ ਇੱਥੋਂ ਵੀ ਟੁੜੀ ਬਣਾਤੀ ਜੇ ਬਾਣ ਬਾਉਣ ਵਾਲਾ ਹੈ ਹੁਣ ਅਰਜਨ ਲੈ ਕੇ ਆਉਨੇ ਆਪਾਂ ਅਰਜਨ ਲਿਆ ਕੇ ਚੱਕ ਦਿੰਨੇ ਫੱਟੇ ਬਾਣ ਬਾਉਣਾ ਅਰਜਨ ਨਾਲ ਜਿਹੜਾ ਨਵਾਂ ਅਰਜਨ ਲੈ ਕੇ ਆਵਾਂਗੇ ਉਹਦੇ ਨਾਲ ਬਈ ਫੇਰਾ ਲੱਗੂਗੀ ਦੇਖੀ ਚੱਲਿਓ ਤੁਸੀਂ ਇਥੇ ਅੱਗੇ ਹੌਲੀ ਹੋ ਗਈ ਬਈ ਫਿਰ ਰੇਸ ਹੀ ਘਟਣਾ ਪਈ ਆਪਾਂ ਆਪਾਂ ਰੇਸ ਘਟਣਾ ਪਈ ਵੈਸੇ ਗੇਅਰ ਵੀ ਤੀਜਾ ਹੀ ਆ ਹੁਣ ਬਈ ਜਿਹੜਾ ਮੇਨ ਟਾਸਕ ਹੈ ਵੀ ਇਹ ਅੰਦਰ ਵੜਜੂ ਇਥੇ ਚਲੋ ਜਿੰਨੇ ਆ ਲੋ ਗੇਅਰ ਲਾ ਲਿਆ ਕੈਮਰਾ ਚੇਂਜ ਲਓ ਬਈ ਲੋ ਕੱਟਰ ਜਾ ਦੇਖੋ ਹੜ ਵੀ ਸਕਦਾ ਤੇ ਨਹੀਂ ਵੀ ਕੁਛ ਕਹਿ ਨਹੀਂ ਸਕਦੇ ਆਪਾਂ ਹਲੋ ਵੀ ਘਟ ਰੜ ਚੁੱਕਿਆ ਚੱਕਰ ਪੈ ਗਿਆ ਮੁੰਡਿਆ ਬਾਹਰ ਦਾ ਚੱਕਰ ਪੈ ਗਿਆ ਮੇਰੇ ਸਾਣਾ ਬਾਰ ਪਟਣਾ ਪੈਣਾ ਆਪਾਂ ਅੱਜ ਚੱਕਰ 95 ਗਰਾਂ ਦਬਦਾ ਕਿਤੇ ਬਾਹਰ ਤੋਂ ਹੀ ਨਹੀਂ ਆਦਾ ਘਟਰ ਛਾਲ ਬਣਾਤੀ ਛਾਲ ਹੁਣ ਇਹਨੂੰ ਲਾਈਏ ਆਪਾਂ ਅੰਦਰ ਯਾਰ ਸਭ ਤੋਂ ਪਹਿਲਾਂ ਧੋਣਾ ਲੱਗੇ ਬਈ ਆਪਾਂ ਇਹਨੂੰ ਇੱਕ ਵਾਰ ਯਾਰ ਧੋ ਲਈਏ ਖੜ ਜੋ ਇੱਥੇ ਲੋਕਰ ਸਾਈਡ ਤੇ ਰੋਕ ਬਈ ਲਓ ਬਈ ਕਿਰਾਂ ਹੁਣ ਇਹਨੂੰ ਤੋੜ ਦਈਏ ਪਾਣੀ ਮਾਰ ਦਈਏ ਕਰਾਂ ਸਾਰੀ ਤੇ ਵਧੀਆ ਬਣਾ ਦਈਏ ਆਪਾਂ ਹਣਾ ਅੰਦਰ ਲਾਉਣੀ ਆ ਨਾ ਫਿਰ ਟਰੈਕਟਰ ਸਟਾਰਟ ਹੀ ਆਪਣਾ ਲੈ ਵੀ ਲੈ ਚਮਕਾਤੀ ਚਮਕਾਤੀ ਪਰ ਲਾਵਾਂ ਸਾਂ ਰਹੂਗਾ ਹੁਣ ਉਧਰ ਦੀ ਲੈ ਕੇ ਜਾਣਾ ਪਊਗਾ ਆਪਾਂ ਨੂੰ ਇੰਨੀ ਪੈਪ ਨਹੀਂ ਲੰਮੀ ਹੋਣੀ ਆ ਇਹ ਚੱਕਰ ਪਊਗਾ ਆ ਦੇਖੋ ਵਾਰਨਿੰਗ ਆਉਂਦੀ ਆ ਨਾ ਇਹਨੇ ਪੈਪ ਛੋਟੀ ਰਹਿ ਗਈ ਪੈਪ ਛੋਟੀ ਰਹਿ ਗਈ ਆਂ ਟੈਡੀ ਕਰਕੇ ਮਾਰ ਦਨੇ ਤੂੰ ਟੈਡੀ 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 ਛੇੜੀ ਥੋੜੀ 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 ਬਾ ਵਾ ਠੀਕ ਆ ਠੀਕ ਆ ਲਓ ਜੀ ਇਧਰ ਉਹ ਟੋਤੀ ਕੀ ਪੂਰੀ ਪੂਰੀ ਆਈ ਐ ਪੈਪ ਆਪਣੀ ਲਓ ਬਈ ਹੁਣ ਆਪਾਂ ਸਿੱਧੀ ਲਾ ਦਈਏ ਇਹਨੂੰ ਅੰਦਰਾਂ ਹੀ ਲਾ ਦਈਏ ਯਾਰ ਸਣੇ ਕਟਰ ਦੇਖ ਕੇ ਲੱਗਦੀ ਏ ਕਿ ਨਹੀਂ ਯਾਰ ਜੇ ਕਟਰ ਵੱਡ ਜੇ ਤਾਂ ਬੜੀ ਵੀ ਦੀ ਗੱਲ ਐ ਨਹੀਂ ਉਹ ਦੂਜੀ ਮਸ਼ੀਨ ਦੇ ਮੂਰੀ ਲਾਉਣੀ ਆ ਆਪਾਂ ਨਹੀਂ ਉਹ ਨਹੀਂ ਘਿਲਾਦਾ ਕਟਰ ਬਾਹਰ ਰਹਿ ਗਿਆ ਤਾਂ ਕੋਈ ਗੱਲ ਨਹੀਂ ਬਾਅਦ ਚ ਕਟਰ ਨੂੰ ਲਾ ਕੇ ਸਾਈਡ ਕਰ ਦੇਗੇ ਭਾਈ ਸਾਹਿਬ ਸਾਈਡ ਕਰ ਦੇਗੇ ਬਾਅਦ ਸਭ ਇੱਕ ਚੇਰੋ ਬੜਾ ਹੁਣ ਜਾਂਦੇ ਬੈਕ ਲੋਚ ਜਿੱਦੀ ਜਾਂਦੀ ਬਈ ਧਿਆਨ ਨਾਲ ਧਿਆਨ ਨਾਲ ਬੜੀ ਗਈ ਬੜੀ ਗਈ ਕਟਰ ਰਹੁਆ ਯਾਰ ਕਟਰ ਆਪਾਂ ਬਾਹਰ ਹੀ ਲਾ ਦਾਂਗੇ ਕੋਈ ਚੱਕਰ ਨਹੀਂ ਕਟਰ ਦਾ ਕੋਈ ਚੱਕਰ ਨਹੀਂ ਕਟਰ ਬਾਹਰ ਰਹੇ ਜੀ ਦਾ ਕੋਈ ਚੱਕਰ ਨਹੀਂ ਤੁੰ ਦਾ ਵੜ ਜਾ ਲੈਓ ਭਾਈ ਕੰਪੈਨ ਵੀ ਇੱਥੇ ਜਵਾਬ ਦੇਗੀ ਆਪਾਂ ਨੂੰ ਮੇਰੇ ਹਸਾਣਾ ਕਟਰ ਲਾਉਣਾ ਪਊਗਾ ਯਾਰ ਜਾਇਂ ਕਰਦੇ ਆਂ ਭਾਈ ਕਿਹੜਾ ਇੱਥੇ ਲਾ ਦਨੇ ਆਪਾਂ ਪਹਿਲਾਂ ਆਪਾਂ ਅਰਜਨ ਲਈ ਆਈਏ ਨੂੰ ਬਾਅਦ ਚੱਕ ਦੇਖਾਂ।ਾਕੀ ਥੋੜੀ ਬੋਲਦੀ ਤਾਂ ਅੰਦਰ ਹੋਈ ਗਈ ਐ। ਇੰਨੀ ਬਾਹਲੀ ਬਾਹਰ ਵੀ ਹੈ ਨਹੀਂ। ਹਣਾ ਸੈਟ ਐ। ਹੁਣ ਆਪਾਂ ਯਾਰ ਕਾਦੇ ਤੇ ਚੱਲ ਗਏ ਲੈ ਆਪਣੇ ਬੰਦਾਲੀ ਗਰਮ ਵੀ ਆਇਆ ਖੜਾ। ਛੱਡ ਕੇ ਹੋਣਗੇ ਬਾਈ ਰਹਿਣਾ। ਚਲੋ ਵਧੀਆ ਗੱਲ ਹਲ ਵੀ ਆ ਗਏ ਬਾਈ। ਚੰਗੀ ਗੱਲ ਐ। ਚਲ ਆਪਾਂ ਯਾਰ ਤੁਰ ਕੇ ਹੀ ਚਾਲਦੇ ਹਣਾ। ਭੱਜ ਕੇ ਚਾਲਦੇ ਆ ਤੁਰ ਕੇ ਤਾਂ ਬਈ ਔਖੇ ਪਹੁੰਚਾਂਗੇ। ਹਲ ਤਾਂ ਆਪਣੇ ਕੋਲ ਦੋ ਪਏ ਐ। ਨੇੜੇ ਹੀ ਐ ਸ਼ਾਹ ਬੜੀ ਦੂਰ ਨਹੀਂ। ਲਓ ਵੀ ਮਤਲਬ ਭੱਜਦੇ ਭਜਾਉਂਦੇ ਪਹੁੰਚ ਚੁੱਕੇ ਹਾਂ। ਸਾਉ ਸਹੀ ਹੋ ਗਏ ਦੇ ਸਾਹਮਣੇ ਘੈਂਟ ਜੀ ਖੜ ਗਈ। ਰੀ ਦਿੱਸ ਗਈ ਖੜਗੀ ਦਿੱਸ ਗਈ ਪੈਂ ਬੋਲਣੇ ਭੁੱਲ ਗਏ ਦੇਖ ਕੇ ਤਾਂ ਆਹਦੀ ਚੱਕਰ ਪੈ ਗਿਆ ਸੀਗਾ ਲੈ ਬਈ ਲੈ ਸਿਰਾਂ ਲਾਤਾ ਕਹਿੰਦੇ ਮਹੰਦਰਾ ਅਰਜਣ ਆ ਕਹਿੰਦੇ ਨੋ ਉਹ ਬਾਈ ਦਿੱਤਲੀ ਲਾਦੀ ਛਤਰੀ ਤੇ ਕਹਿੰਦੇ ਡਾਊਨ ਸੀਲਿੰਗ ਕਰਕੇ ਮੁੰਡੇ ਨੇ ਉੱਤੇ ਬਾਰ ਲਾਈ ਠੋਕੀ ਐ ਤੇ ਮੂਰੇ ਝੋਟੇ ਦੀ ਉਹ ਲਾਈ ਵੀ ਆ ਮਤਲਬ ਕਿ ਫੋਟੋ ਜਿਹੜਾ ਰੈੱਡ ਬੱਲ ਹੁੰਦਾ ਰੈੱਡ ਬੱਲ ਹੀ ਹੁੰਦਾ ਸ਼ਾਇਦ ਟਾਇਡ ਉੱਰ ਚੈੱਕ ਕਰੋ ਬਾਈ ਤੁਸੀਂ ਕਹਿੰਦੇ ੱੱਲੇ ਵੀ ਬਾਰ ਲਾਈ ਐ ਲਾਈਟ ਹਾਰਨ ਲਾਈ ਐ ਠੀਕ ਐ ਤੇ ਇੱਧਰ ਦੇਖ ਸਾਦਿਆਂ ਬਾਈ ਟਾਟੂ ਘੈਂਡ ਪੂਰੇ ਚੌੜੇ ਹੋ ਗਏ ਹਨ ਅੱਗੇ ਨਾਲ ਤੇ ਪਿੱਛੇ ਦੇਖੋ ਬਾਈ ਡੈਕ ਤੇ ਮੁੰਡੇ ਨੇ ਆਦਾ ਬਰਾਡ ਲਿਖਤਾ ਇਸਤਰੀ ਹੈ ਨਾ ਬਰਾਡ ਆ ਫਿਰ ਉਹ ਤਾਂ ਕਰਕੇ ਵਾਦੀ ਪ੍ਰਮੋਸ਼ਨ ਕੀਤੀ ਹੈ ਮੁੰਡੇ ਨੇ ਹੈ ਵੇ ਬਾਈ ਦੇ ਚੈਨ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਚਾ ਤੁਸੀਂ ਚੈੱਕ ਆਊਟ ਕਰ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲਓ ਫਿਰ ਦੇਖੋ ਕਹਿੰਦੇ ਸਿਰਾ ਚੀ ਜਾਏ ਕਹਿੰਦੇ ਉਤੇ ਬਾਜ ਵੀ ਲਾਇਆ ਠੀਕ ਹੈ ਯਾਰ ਤੇ ਆ ਕੀ ਆ ਬਾਈ ਇੱਥੇ ਵੀ ਯਾਰ ਝੋਟਾ ਲਾਤਾ ਬੜਾ ਸਾਹਣੀ ਆ ਤਦ ਅੰਦਰ ਸਾਂਟ ਰੈਕਟਰ ਆਇਆ ਲਓ ਵੀ ਹੁਣ ਮਾਰੀਏ ਸੈਲਫ ਕਰਾਂ ਦੀ ਆਵਾਜ਼ ਚੈੱਕ ਕਰੋ ਯਾਰ ਆਵਾਜ਼ ਵੱਧਦਾ ਭਾਈ ਵੱਧਦਾ ਹੈ ਤਾਂ ਲਓ ਵੀ ਮਿੱਤਰੋ ਹੁਣ ਤੁਹਾਨੂੰ ਲਾਈਟਾਂ ਦਿਖਾਉਨੇ ਆ ਪੱਜੀ ਘਾ ਕੇ ਠੀਕ ਹੈ ਜਿਹੜੀਆਂ ਪਹਿਲਾਂ ਜਗਦੀਆਂ ਸੀ ਠੀਕ ਹੈ ਇੱਕ ਪਾਸਾ ਦੁੱਜਾ ਵਾਸਾ ਕਹਿੰਦੇ ਹੈ ਦੋਹੇ ਬਾਹਰ ਲੇਟਾਂ ਜਗਦੀਆਂ ਉੱਪਰ ਲੀਆਂ ਨੀਚਲੀਆਂ ਚਿਰਾ ਆ ਰੰਗੇ ਕਿਥੋਂ ਆਇਆ ਜੀ ਹਰਨ ਛੁੱਟੀ ਹੈ ਉਹ ਕੱਲੇ ਡੰਮੀ ਲਾਈਆਂ ਹੋਈਆਂ ਇਹ ਬਈ ਚਾਹ ਆ ਗਈ ਆਪਣੀ ਚਾਹ ਪੀ ਲਈਏ ਬੋਗਨ ਵੀ ਜਾਣ ਸੀ ਉਹਨੇ ਚਾਹ ਪਈ ਆਪਾਂ ਨੂੰ ਹੈ ਚਿਰਾ ਲੱਗ ਗਿਆ ਠੀਕ ਹੈ ਯਾਰ ਤੇ ਹੁਣ ਆਪਾਂ ਬਈ ਨੂੰ ਲੈ ਕੇ ਚੱਲ ਗਏ ਬਾਹਰ ਤੇ ਲੈ ਕੇ ਕਿਧਰ ਚੱਲ ਗਏ ਯਾਰ ਤਦੰਦਰਾ ਨੇ ਸ਼ੋਅ ਕੇਸ ਦੀ ਲਾ ਰੱਖਿਆ ਸੀ ਤੇ ਹੈ ਲੋ ਵਈਲਾ ਮੀਡੀਅਮ ਪਹਿਲੇ ਜੀ ਛਾਲਾ ਮਾਰਦਾ ਫਿਰਦਾ ਤਾਂ ਇਹਦੇ ਸਟੰਟ ਚ ਕਾਉਨੇ ਹੁਣ ਆਪਾਂ ਸਟੰਟਾ ਸਟੰਟ ਦੇ ਵਿੱਚ ਕਾ ਗਿਆ ਆਪਾਂ ਕੀ ਕਹਿੰਦਾ ਇਹ ਮੇਨ ਤਾਂ ਆਪਾਂ ਨੂੰ ਸਟੰਟਾਂ ਦਾ ਹੀ ਹੈ ਬਾਣ ਮੂਣ ਦਾ ਬਾਅਦ ਦੀ ਗੱਲ ਦੇਖੀ ਜੋ ਸੂਈਆਂ ਸਾਈਆਂ ਕੋਨ ਲਾਤੀਆਂ ਮੀਟਰਾਂ ਚ ਪਤਾ ਨਹੀਂ ਪਾਣੀ ਪੈ ਗਈ ਚੱਕਰ ਧੁੰਦਲੇ ਆ ਥੋੜੇ ਜਿ ਨ ਲਾਈਟਾਂ ਮਾਨੇ ਕਾਦ ਕੇ ਰਪੈਗਾ ਅੱਖਾਂ ਦੇ ਵਜਦੀਆਂ ਸ਼ਾਮ ਦਾ ਟਾਈਮ ਆ ਨਾ ਹਜੇ ਮੀਡੀਅਮ ਤੀਜਾ ਬਾਈ ਆਈ ਹੁਣ ਦੇਖਿਓ ਕਰਾਂ ਆ ਕਰਤਾ ਰੱਬ ਬੰਨੀ ਵੈਰੀ ਗੁੱਡ ਬਾਈ ਓਏ ਵੈਰੀ ਗੁੱਡ ਪਹਿਲੇ ਜੀ ਕਰ ਉਹਨਾਂ ਪਹਿਲੇ ਜੀ ਕਰਕੇ ਵਾ ਯਾਰ ਸੋਹਣੀ ਚੀਜ਼ ਐ ਚਲੋ ਬਾਈ ਲੈ ਚਲੀ ਹੁਣ ਆਪਾਂ ਇਹਨੂੰ ਘਰੇ ਹਨਾ ਬਹੁਤ ਐਨੇ ਅੱਗੇ ਤਾਂ ਚਲੋ ਬਈ ਚਲੋ ਬਈ ਚਲੋ 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 ਕਹਿੰਦੇ ਅਰਜਨ ਆ ਚੁੱਕਿਆ ਵੀਰੇ ਵੀਰ ਅਰਜਨ ਆ ਚੁੱਕਿਆ ਉਹ ਵੇਖੀ ਬ੍ਰੇਕ ਹੀ ਵਾਲੇ ਤੜੇ ਬਾਤੀਆਂ ਰਣੇ ਦਾ ਲਓ ਬਈ ਹੁਣ ਇਹਦੇ ਪਿੱਛੇ ਆਪਾਂ ਬਾਉਨੇ ਆ ਬਈ ਹਲ ਜਾ ਕੇ ਹਨਾ ਫੇਰ ਦੇਣਾ ਕੀ ਕਹਿੰਦਾ ਝੋਟਾ ਤੇ ਦੇਖੋ ਤੁਸੀਂ ਬਈ ਦਿਨ ਵੀ ਸ਼ਿਪਾ ਹੋ ਗਿਆ ਪੂਰਾ ਹਨਾ 5:30 ਦਾ ਹੋ ਗਿਆ ਮੇਰੇ ਹਿਸਾਬ ਨਾਲ ਤਕਰੀਬਨ ਟਾਈਮ 17 ਵਜੇ ਦੇ ਹੁੰਦੇ ਕਦੋਂ ਵਾਇਦੇ ਹੁੰਦੇ 13 14 15 16 17 ਹਾਂ 5:30 ਬਈ ਅੰਗਰੇਜ਼ਾਂ ਦਾ ਟਾਈਮ ਹਨਾ ਹਾਉਲੀ ਗੱਲੀ ਹੈ ਬਾਈ ਹੌਲੀ 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 ਪਹਿਲਾਂ ਅਰਜਨ ਪਲਟਾਦਾ ਜਿਹਾ ਪਾਉਂਦੇ ਹੁੰਦੇ ਨੇ ਤੇ ਇਹ ਵੀ ਨਿਕਲੇ ਪਲਟਾ ਦੀ ਲਓ ਵੀ ਇਹਦੀ ਰੋਡ ਸਪੀਡ ਥੋੜੀ ਜਿਹੀ ਘਟਾਈ ਆ ਬਾਈ ਨੇ ਕਹਿੰਦਾ ਵੀ ਜਿਆਦਾ ਭਾਜਦਾ ਸੀ ਪਹਿਲਾਂ ਉਹ ਕੰਟਰੋਲ ਚ ਰਿਹਾ ਕਰੂਗਾ ਹੁਣ ਇਹਨਾਂ ਨਾਲ ਤੇ ਲੈ ਵੀ ਲੈ ਕੇ ਆ ਚੁੱਕਿਆ ਆਪਾਂ ਘਰੇ ਤੇ ਸੰਦ ਸੰਘੇੜਾ ਵੀ ਸਾਂਭ ਰ ਦਿੱਤਾ ਆਪਾਂ ਸਾਰਾ ਅੱਧਾ ਅੱਧਾ ਸਾਂਭਤਾ ਸਾਰਾ ਨਹੀਂ ਸਾਂਭਿਆ ਦੇਖੋ ਹੀ ਪ੍ਰੈਸ਼ਰ ਬ੍ਰੇਕ ਆ ਪਸਕ ਪਸਕ ਫਸਕ ਫਸਕ ਕਰਦਾ ਹੈ ਲਾ ਜੀ ਲਾ ਕਹਿੰਦੇ ਘਰੇ ਐਂਟਰੀ ਹੋ ਚੁੱਕੀ ਆ ਮੇਰੇ ਵੀਰੇ ਅਰਜਨ ਦੀ ਹਾ ਤਾਂ ਪਹਿਲਾ ਹਲਾਂ ਦੀ ਲਾਗੀਆਂ ਨੂੰ ਬਰਾ ਯਾਰ ਕਿਹੜੇ ਹਲਾਂ ਗਿਆ ਆਲੇ ਨੂੰ ਨੇ ਇਹਦੇ ਮੈਚੇ ਖਾਂਦੀ ਆ ਇਹ ਦੇਖੀ ਬਾਈ ਲੋ ਬਾਈ ਅਰਜਨ ਅਰਜਨ ਜੜ ਤਾਂ ਹਲਾਂ ਤੇ ਸੋਹਣੇ ਹਾਲ ਬਾਈ ਲਓ ਜੀ ਮਿੱਤਰੋ ਕਹਿੰਦੇ ਇਹ ਆਪਣਾ ਅਰਜਨ ਤੇ ਜਿਹੜੇ ਬਾਈ ਹਲ ਮਾਰਾਂਗੇ ਉਹ ਪਾ ਅਗਲੀ ਵੀਡੀਓ ਚ ਮਾਰਾਂਗੇ ਕਿਉਂਕਿ ਆ ਵੀਡੀਓ ਜਿਆਦਾ ਲੰਬੀ ਹੋ ਜੂਗੀ ਤਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਥੈਂਕ ਯੂ ਸੋ ਮਚ ਫਾਰ ਵਾਚਿੰਗ ਬਾਏ ਬਾਏ